ਸਭ ਤੋਂ ਵੱਡਾ ਕਾਰਨ ਮਾਨਸਿਕ ਰੋਗਾਂ ਦਾ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਬਹੁਤ ਜ਼ਿਆਦਾ ਸਟ੍ਰੈਸ ਲੈਵਲ ਹੈ, ਬਹੁਤ ਜ਼ਿਆਦਾ ਕੰਪੀਟੀਸ਼ਨ ਹੈ। ਇਹ ਯੂਥ ਨੂੰ ਬਹੁਤ ਜ਼ਿਆਦਾ ਇਫੈਕਟ ਕਰਦਾ ਹੈ। ਅਤੇ ਇੱਕ ਕਾਰਨ ਜਿਹੜਾ ਸਾਨੂੰ ਪਤਾ ਹੀ ਹੈ, ਪੰਜਾਬ ਦੇ ਵਿੱਚ ਰਹਿੰਦੇ ਹੋਏ ਨਸ਼ਾ ਇੱਕ ਬਹੁਤ ਵੱਡਾ ਕਾਰਨ ਹੈ। ਕੀ ਕਾਰਨ ਲੱਗਦਾ ਕਿ ਸੁਸਾਇਟੀ ਦੀ ਰੂਟ ਕਿੱਥੇ ਇਸ ਵੇਲੇ ਖਰਾਬ ਹੋ ਰਹੀ ਹੈ, ਕਿਉਂਕਿ ਹੁਣ ਦੀ ਜੋ ਪੀੜ੍ਹੀ ਹੈ ਕਿਤੇ ਨਾ ਕਿਤੇ ਉਹ ਇਸ ਨਾਲ ਬਹੁਤ ਮਾੜੇ ਪ੍ਰਭਾਵ ਪੈ ਰਹੇ। ਅਸੀਂ ਅੱਜ ਕੱਲ੍ਹ ਜ਼ਿਆਦਾ ਟਾਈਮ ਆਪਣੇ ਫੋਨ 'ਤੇ ਸਪੈਂਡ ਕਰਦੇ ਹਾਂ ਜਾਂ ਆਪਣੇ ਲੈਪਟੋਪ ਸਕਰੀਨ 'ਤੇ ਸਪੈਂਡ ਕਰਦੇ ਹਾਂ, ਬਹੁਤ ਸੋਲੋ ਟਾਈਮ ਹੈ। ਜੇ ਬੱਚੇ ਗੱਲ ਵੀ ਕਰਦੇ ਪਏ ਉਹ ਜ਼ਿਆਦਾ ਚੈਟਿੰਗ ਕਰਦੇ ਪਏ। ਅਸੀਂ ਐਜ਼ ਪੇਰੈਂਟਸ ਆਪਣੇ ਬੱਚਿਆਂ ਨੂੰ ਨਹੀਂ ਮੋਨੀਟਰ ਕਰ ਸਕਦੇ ਕਿ ਉਹ ਕੀ ਵੇਖਦੇ ਪਏ ਨੇ ਵੈਨ ਦੇ ਆਰ ਵਾਚਿੰਗ ਸੋਸ਼ਲ ਮੀਡੀਆ ਜਾਂ ਟੀਵੀ ਜਾਂ ਫੋਨ। ਅਤੇ ਇਹ ਮਲਟੀਪਲ ਕਾਰਨ ਮਿਲ ਕੇ ਰਲ ਕੇ ਅਗਰੈਸ਼ਨ ਇਨਕਰੀਜ਼ ਕਰਦੇ ਨੇ, ਸਟ੍ਰੈਸ ਇਨਕਰੀਜ਼ ਕਰਦੇ ਨੇ। 40-50 ਸਾਲ ਪਿੱਛੇ ਜਾਈਏ, ਲੋਕ ਇੱਕ ਦੂਜੇ ਨਾਲ ਜ਼ਿਆਦਾ ਗੱਲ ਕਰਦੇ ਸੀ। ਸਟ੍ਰੈਸ ਰਿਲੀਜ਼ ਕਰਨ ਦਾ ਸਭ ਤੋਂ ਵੱਡਾ ਰੀਜ਼ਨ ਇਹ ਹੁੰਦਾ ਹੈ ਕਿ ਉਹ ਆਪਣਾ ਸਟ੍ਰੈਸ ਗੱਲ ਕਰਕੇ ਕੱਢ ਲੈਂਦੇ ਸੀ। ਅੱਜ ਦੇ ਸਮੇਂ ਦੇ ਵਿੱਚ ਮਨੁੱਖ ਸਰੀਰਕ ਪੱਖੋਂ ਤਾਂ ਹੱਟਾ ਕੱਟਾ ਵਿਖਾਈ ਦਿੰਦਾ, ਪਰ ਲੋਕ ਕਹਿ ਸਕਦੇ ਹਾਂ ਕਿ ਦਿਮਾਗੀ ਤੌਰ 'ਤੇ ਸਟੇਬਲ ਨਹੀਂ ਹੁੰਦੇ, ਜਿਸ ਦੇ ਕਾਰਨ ਉਹਨਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਕਈ ਗੱਲਾਂ ਅਜਿਹੀਆਂ ਹੁੰਦੀਆਂ ਨੇ ਜਿਸ ਨੂੰ ਕਿ ਉਹ ਆਪਣੇ ਜ਼ਹਿਨ ਵਿੱਚ ਹੀ ਰੱਖਦੇ ਨੇ ਤਾਂ ਉਸਦਾ ਅਸਰ ਕੀ ਨਿਕਲਦਾ ਕਿ ਅੰਤ ਵਿੱਚ ਉਹ ਮਾੜੇ ਰਾਹਾਂ ਦਾ ਸਾਥ ਅਪਣਾ ਪੈਂਦੇ ਨੇ। ਪਰ ਇਸ ਸਭ 'ਤੇ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਅੰਮ੍ਰਿਤਸਰ ਤੋਂ ਜਾਣੇ ਮਾਨੇ ਨਿਊਰੋਸਾਈਕੈਟ੍ਰਿਸਟ ਡਾਕਟਰ ਨਿਸ਼ਟਾ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੜੇ ਅਜਿਹੇ ਕਾਰਨ ਬਣਦੇ ਨੇ ਕਿ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਬੱਚੇ ਵੀ ਕਹਿ ਸਕਦੇ ਹਾਂ ਕਿ ਮੈਂਟਲੀ ਸਟੇਬਲ ਨਹੀਂ ਹੁੰਦੇ ਔਰ ਗਲਤ ਰਾਹਾਂ ਵੱਲ ਜਾਂਦੇ ਹੋਏ ਵਿਖਾਈ ਦਿੰਦੇ ਨੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ 'ਤੇ। ਔਰ ਕੀ ਲੱਗਦਾ ਤੁਹਾਨੂੰ ਕਿ ਕਿਹੜੇ ਕਾਰਨ ਅਜਿਹੇ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਲੋਕ ਅਜਿਹੀਆਂ ਗਲਤ ਚੀਜ਼ਾਂ ਦਾ ਅਪਣਾਉਣ ਦੇ ਪਏ ਨੇ, ਕਹਿ ਸਕਦੇ ਹਾਂ ਕਿ ਖੁਦ ਹੀ ਸਟੇਬਲ ਨਹੀਂ ਹੈ ਔਰ ਨਾ ਹੀ ਖੁਦ ਦਾ ਵਿਕਾਸ ਕਰ ਪਾ ਰਹੇ ਨਾ ਹੀ ਇਸ ਦੇਸ਼? ਸਤਿ ਸ਼੍ਰੀ ਅਕਾਲ ਜੀ, ਬੜਾ ਚੰਗਾ ਸਵਾਲ ਤੁਸੀਂ ਪੁੱਛਿਆ, ਕਿਉਂਕਿ ਹਰ ਚੀਜ਼ ਨੂੰ ਠੀਕ ਕਰਨ ਤੋਂ ਪਹਿਲਾਂ ਉਹਦਾ ਕਾਰਨ ਜਾਣਨਾ ਜ਼ਰੂਰੀ ਹੈ ਕਿ ਉਹਦੀ ਪਰਸੈਂਟੇਜ 'ਤੇ ਨੰਬਰ ਹੀ ਘੱਟ ਜਾਏ। ਅਤੇ ਆਈ ਥਿੰਕ ਸਭ ਤੋਂ ਵੱਡਾ ਕਾਰਨ ਮਾਨਸਿਕ ਰੋਗਾਂ ਦਾ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਬਹੁਤ ਜ਼ਿਆਦਾ ਸਟ੍ਰੈਸ ਲੈਵਲ ਹੈ, ਬਹੁਤ ਜ਼ਿਆਦਾ ਕੰਪੀਟੀਸ਼ਨ ਹੈ। ਇਹ ਯੂਥ ਨੂੰ ਬਹੁਤ ਜ਼ਿਆਦਾ ਇਫੈਕਟ ਕਰਦਾ ਹੈ। ਅਤੇ ਇੱਕ ਕਾਰਨ ਜਿਹੜਾ ਸਾਨੂੰ ਪਤਾ ਹੀ ਹੈ, ਪੰਜਾਬ ਦੇ ਵਿੱਚ ਰਹਿੰਦੇ ਹੋਏ ਨਸ਼ਾ ਇੱਕ ਬਹੁਤ ਵੱਡਾ ਕਾਰਨ ਹੈ। ਬੱਚਿਆਂ ਦੇ ਵਿੱਚ ਜਾਂ ਯੰਗ ਏਜ ਦੇ ਵਿੱਚ, ਜੇ ਅਸੀਂ 9 to 15, 16, 17 ਈਅਰਸ ਦੇ ਵਿੱਚ ਗੱਲ ਕਰੀਏ, ਸੋਸ਼ਲ ਮੀਡੀਆ ਦਾ ਇੱਕ ਬਹੁਤ ਵੱਡਾ ਰੋਲ ਹੈ। ਇੱਕ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ, ਸੋਸ਼ਲ ਮੀਡੀਆ 'ਤੇ ਸਭ ਕੁਝ ਬਹੁਤ ਗਲੋਰੀਫਾਈਡ ਵਿਖਦਾ ਸਾਨੂੰ। ਉਹਦਾ ਬਹੁਤ ਵੱਡਾ ਪ੍ਰੈਸ਼ਰ ਹੁੰਦਾ ਹੈ ਕਿ ਕਾਸ਼ ਮੇਰੀ ਲਾਈਫ ਵੀ ਇੱਦਾਂ ਦੀ ਹੁੰਦੀ। ਇਮੈਜੀਨੇਸ਼ਨ ਅਤੇ ਐਕਸਪੈਕਟੇਸ਼ਨਸ ਬਹੁਤ ਵੱਧਦੀਆਂ ਨੇ। ਉਹਦੇ ਨਾਲ ਨਾਲ ਮੀਡੀਆ ਦਾ ਰੋਲ, ਮੀਡੀਆ ਦੇ ਵਿੱਚ ਜਿੱਦਾਂ ਵਾਇਲੈਂਸ, ਅਗਰੈਸ਼ਨ ਬਹੁਤ ਨੋਰਮਲੀ ਪੋਰਟਰੇ ਕੀਤਾ ਜਾਂਦਾ, ਅਤੇ ਕਈ ਵਾਰੀ ਅਸੀਂ ਐਜ਼ ਪੇਰੈਂਟਸ ਆਪਣੇ ਬੱਚਿਆਂ ਨੂੰ ਨਹੀਂ ਮੋਨੀਟਰ ਕਰ ਸਕਦੇ ਕਿ ਉਹ ਕੀ ਵੇਖਦੇ ਪਏ ਨੇ ਵੈਨ ਦੇ ਆਰ ਵਾਚਿੰਗ ਸੋਸ਼ਲ ਮੀਡੀਆ ਜਾਂ ਟੀਵੀ ਜਾਂ ਫੋਨ। ਅਤੇ ਇਹ ਮਲਟੀਪਲ ਕਾਰਨ ਮਿਲ ਕੇ ਰਲ ਕੇ ਅਗਰੈਸ਼ਨ ਇਨਕਰੀਜ਼ ਕਰਦੇ ਨੇ, ਸਟ੍ਰੈਸ ਇਨਕਰੀਜ਼ ਕਰਦੇ ਨੇ, ਓਵਰਆਲ ਫੈਮਿਲੀ ਦਾ ਇਨਵਾਇਰਮੈਂਟ ਡਿਸਟਰਬ ਕਰਦੇ ਨੇ, ਜਿਹਦੇ ਕਾਰਨ ਆਈ ਥਿੰਕ ਸਾਰੀਆਂ ਮੈਂਟਲ ਹੈਲਥ ਦੀਆਂ ਪ੍ਰੋਬਲਮਸ ਇਹਨਾਂ ਛੋਟੇ ਛੋਟੇ ਕਾਰਨਾਂ ਨਾਲ, ਜਿੱਦਾਂ ਹੁੰਦਾ ਨਾ ਥੋੜ੍ਹਾ ਥੋੜ੍ਹਾ ਪਾਈ ਜਾਓ ਪਾਣੀ ਵਧੀ ਜਾਏਗਾ ਅਤੇ ਅਲਟੀਮੇਟਲੀ ਬਾਹਰ ਬਹਿ ਜਾਏਗਾ। ਅਤੇ ਆਈ ਥਿੰਕ ਸੋਸਾਇਟੀ ਨਾਲ ਹੁਣ ਉਹੀ ਹੋ ਰਿਹਾ। ਸਮੇਂ ਦੀ ਗੱਲ ਕਰੀਏ ਤਾਂ ਅਕਸਰ ਲੋਕਾਂ ਨੂੰ ਜਿੱਦਾਂ ਸਿਰਦਰਦ ਹੋ ਗਿਆ, ਪੇਟ ਦੀ ਸਮੱਸਿਆ ਹੋ ਗਈ ਜਾਂ ਹੋਰ ਕਈ ਬਿਮਾਰੀਆਂ ਨਾਲ ਲੈ ਕੇ ਉਹ ਡਾਕਟਰਾਂ ਕੋਲ ਇਲਾਜ ਕਰਵਾਉਣ ਚਾਹੁੰਦੇ ਸੀ, ਪਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਟ੍ਰੈਸ ਅਤੇ ਇੰਗਜ਼ਾਇਟੀ ਇਹ ਦੋ ਸ਼ਬਦ ਅਜਿਹੇ ਬਣ ਗਏ ਨੇ, ਔਰ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਹੁਣ ਅਜਿਹੇ ਸਪੈਸ਼ਲਿਸਟ ਵੀ ਵੱਧ ਗਏ ਨੇ ਜੋ ਕਿ ਇਹਨਾਂ ਨਾਲ ਸੰਬੰਧਿਤ ਜੋ ਇਲਾਜ ਆ ਉਹ ਕਰਦੇ ਹੋਏ ਵਿਖਾਈ ਦਿੰਦੇ। ਕੀ ਕਾਰਨ ਲੱਗਦਾ ਕਿ ਸੁਸਾਇਟੀ ਦੀ ਰੂਟ ਕਿੱਥੇ ਇਸ ਵੇਲੇ ਖਰਾਬ ਹੋ ਰਹੀ ਹੈ, ਕਿਉਂਕਿ ਹੁਣ ਦੀ ਜੋ ਪੀੜ੍ਹੀ ਹੈ ਕਿਤੇ ਨਾ ਕਿਤੇ ਉਹ ਇਸ ਨਾਲ ਬਹੁਤ ਮਾੜੇ ਪ੍ਰਭਾਵ ਪੈ ਰਹੇ? ਇੱਕ ਜਿੱਦਾਂ ਅਸੀਂ ਪੁਰਾਣੇ ਅਤੇ ਨਵੇਂ ਟਾਈਮ ਨੂੰ ਕੰਪੇਅਰ ਕਰੀਏ, ਇੱਕ ਬਹੁਤ ਵੱਡਾ ਡਿਫਰੈਂਸ ਹੈ ਟਾਈਮ ਸਪੈਂਡ ਵਿਦ ਅਦਰ ਪੀਪਲ। ਅਸੀਂ ਅੱਜ ਕੱਲ੍ਹ ਜ਼ਿਆਦਾ ਟਾਈਮ ਆਪਣੇ ਫੋਨ 'ਤੇ ਸਪੈਂਡ ਕਰਦੇ ਹਾਂ ਜਾਂ ਆਪਣੇ ਲੈਪਟੋਪ ਸਕਰੀਨਸ 'ਤੇ ਸਪੈਂਡ ਕਰਦੇ ਹਾਂ, ਬਹੁਤ ਸੋਲੋ ਟਾਈਮ ਹੈ। ਜੇ ਬੱਚੇ ਗੱਲ ਵੀ ਕਰਦੇ ਪਏ ਉਹ ਜ਼ਿਆਦਾ ਚੈਟਿੰਗ ਕਰਦੇ ਪਏ ਨੇ। ਜੇ ਅਸੀਂ ਹੁਣੇ 50 ਸਾਲ, ਬਹੁਤ ਜ਼ਿਆਦਾ ਨਹੀਂ,
30 40 50 ਸਾਲ ਪਿੱਛੇ ਜਾਈਏ ਲੋਕੀ ਇੱਕ ਦੂਜੇ ਨਾਲ ਜ਼ਿਆਦਾ ਗੱਲ ਕਰਦੇ ਸੀ। ਸਟ੍ਰੈਸ ਰਿਲੀਜ਼ ਕਰਨ ਦਾ ਸਭ ਤੋਂ ਵੱਡਾ ਰੀਜ਼ਨ ਇਹ ਹੁੰਦਾ ਕਿ ਉਹ ਆਪਣਾ ਸਟ੍ਰੈਸ ਗੱਲ ਕਰਕੇ ਕੱਢ ਲੈਂਦੇ ਸੀ। ਅੱਜ ਕੱਲ੍ਹ ਉਹ ਕਮਿਊਨੀਕੇਸ਼ਨ ਬਹੁਤ ਲੈਕਿੰਗ ਹੈ। ਜੇ ਪਾਸੇ ਗੱਲ ਕਰੀਏ ਤਾਂ ਕਿਹੜੇ ਏਜ ਗਰੁੱਪ ਦੇ ਜੋ ਲੋਕ ਨੇ, ਚਾਹੇ ਬੱਚਿਆਂ ਦੀ ਗੱਲ ਕਰੀਏ ਸਿਆਣਿਆਂ ਦੀ ਗੱਲ ਕਰੀਏ, ਕਿਹਨਾਂ ਵਿੱਚ ਇਹ ਦਿੱਕਤਾਂ ਜੋ ਹੈ ਜ਼ਿਆਦਾ ਦੇਖੀਆਂ ਜਾ ਰਹੀਆਂ? ਵੈਸੇ ਜੇ ਅਸੀਂ ਸਟੈਟਿਸਟਿਕਸ ਵਾਈਜ਼ ਜਾਈਏ ਤਾਂ ਮੈਕਸੀਮਮ ਤੋਂ ਮੈਕਸੀਮਮ ਕੇਸਿਸ ਆਰ ਇਨ ਦੀ ਏਜ ਗਰੁੱਪ ਆਫ 20-40 ਈਅਰਸ ਆਫ ਏਜ, ਠੀਕ ਹੈ। ਉਹਦੇ ਤੋਂ ਬਾਅਦ ਦੇਖੋ 40 ਈਅਰਸ ਤੋਂ ਬਾਅਦ ਜੇ ਕੋਈ ਲਾਈਫ ਦੇ ਵਿੱਚ ਕਿਸੇ ਦੀ ਟ੍ਰੈਜਡੀ ਹੁੰਦੀ ਹੈ, ਇਟ ਇਜ਼ ਵੈਰੀ ਓਬਵੀਅਸ ਕਿ ਉਹ ਇਸ ਚੀਜ਼ ਦੇ ਵਿੱਚ ਲੈਂਡ ਕਰੇਗਾ। ਪਰ ਸਰਪ੍ਰਾਈਜ਼ਿੰਗਲੀ 20-40 ਈਅਰਸ ਦੇ ਏਜ ਗਰੁੱਪ ਦੇ ਵਿੱਚ ਪਹਿਲਾਂ ਵੀ ਪ੍ਰੋਬਲਮ ਸੀ, ਹੁਣ ਜਿਹੜਾ ਏਜ ਗਰੁੱਪ ਪਿਛਲੇ 5-6 ਈਅਰਸ ਤੋਂ ਬਹੁਤ ਵੱਧ ਰਿਹਾ ਹੈ ਉਹ ਹੈ ਏਜ ਗਰੁੱਪ ਬਿਟਵੀਨ 7 ਈਅਰਸ ਟੂ 16-17 ਐਂਡ 18 ਈਅਰਸ ਆਫ ਏਜ। ਏਜ ਦੇ ਵਿੱਚ ਤਾਂ ਮਾਂ ਪਿਓ ਆਪਣੇ ਬੱਚਿਆਂ ਨੂੰ ਬਹੁਤ ਲਾਡ ਪਿਆਰ ਨਾਲ ਰੱਖਦੇ ਨੇ, ਹਰ ਤਰ੍ਹਾਂ ਦੀ ਉਹਨਾਂ ਨੂੰ ਸਹੂਲਤ ਦਿੰਦੇ ਨੇ ਜੋ ਉਹ ਮੰਗਦੇ ਨੇ, ਕਿਉਂਕਿ ਅੱਜ ਕੱਲ੍ਹ ਤਾਂ ਪੇਰੈਂਟਸ ਵੀ ਪਹਿਲਾਂ ਸਮੇਂ ਦੇ ਵਿੱਚ ਅਕਸਰ ਪੇਰੈਂਟਸ ਬੱਚਿਆਂ ਨੂੰ ਝਿੜਕਦੇ ਸੀ, ਅੱਜ ਕੱਲ੍ਹ ਤਾਂ ਬਹੁਤ ਕਹਿ ਸਕਦੇ ਹਾਂ ਕਿ ਇੱਕ ਪਿਆਰ ਭਰਿਆ ਮਾਹੌਲ ਹੁੰਦਾ ਘਰ ਵਿੱਚ, ਬੜਾ ਲਾਡ ਪਿਆਰ ਕੀਤਾ ਜਾਂਦਾ ਬੱਚੇ ਨੂੰ, ਪਰ ਫਿਰ ਵੀ ਬੱਚੇ ਇੰਨੀ ਏਜ ਦੇ ਵੇਲੇ ਵੀ ਇੰਨੇ ਸਟ੍ਰੈਸਫੁੱਲ ਨੇ? ਬਿਲਕੁਲ, ਅਸੀਂ ਤਾਂ ਰੋਜ਼ ਵੀ ਆਰ ਸੀਇੰਗ ਐਵਰ ਇਨਕਰੀਜ਼ਿੰਗ ਨੰਬਰਸ ਆਫ ਸਟ੍ਰੈਸ ਇਨ ਚਿਲਡਰਨ। ਇਹਦਾ ਰੀਜ਼ਨ ਸਿਰਫ ਅਤੇ ਸਿਰਫ ਪੇਰੈਂਟਿੰਗ ਵੀ ਨਹੀਂ ਹੈ, ਬਿਲਕੁਲ ਪੇਰੈਂਟਸ ਬੱਚਿਆਂ ਨੂੰ ਬਹੁਤ ਜ਼ਿਆਦਾ ਲਾਡ ਪਿਆਰ ਨਾਲ ਰੱਖਦੇ ਨੇ, ਕੁਛ ਜ਼ਿਆਦਾ ਹੀ ਲਾਡ ਪਿਆਰ ਨਾਲ ਰੱਖਦੇ ਨੇ। ਇੱਕ ਉਹ ਵੀ ਕਾਰਨ ਹੋ ਸਕਦਾ ਹੈ ਕਿ ਕਈ ਵਾਰੀ ਬੱਚੇ ਨੂੰ ਡਿਰੈਕਸ਼ਨ ਦਿਖਾਉਣੀ ਵੀ ਜ਼ਰੂਰੀ ਹੁੰਦੀ ਹੈ। ਦੂਜਾ ਇੱਕ ਰੀਜ਼ਨ ਜਿਹੜਾ ਆਈ ਥਿੰਕ ਇਸ ਇੰਟਰਵਿਊ ਤੋਂ ਪਹਿਲਾਂ ਵੀ ਅਸੀਂ ਗੱਲ ਕਰ ਰਹੇ ਸੀ ਕਿ ਸੋਸ਼ਲ ਮੀਡੀਆ ਦਾ ਇੰਪੈਕਟ ਬਹੁਤ ਜ਼ਿਆਦਾ ਹੈ, ਅਤੇ ਮੀਡੀਆ ਇਨ ਇਟ ਸੈਲਫ ਦਾ ਇੰਪੈਕਟ ਬਹੁਤ ਜ਼ਿਆਦਾ ਹੈ। ਮੀਡੀਆ ਦੇ ਵਿੱਚ ਵਾਇਲੈਂਸ ਬਹੁਤ ਜ਼ਿਆਦਾ ਦਿਖਾਈ ਜਾਂਦੀ ਹੈ, ਅਫੀਮ ਇਹੋ ਜਿਹੇ ਵਰਡਸ ਬਹੁਤ ਜ਼ਿਆਦਾ ਵਿਖਾਏ ਜਾਂਦੇ ਨੇ, ਬੱਚਿਆਂ ਨੂੰ ਲੱਗਦਾ ਬਹੁਤ ਕੂਲ ਹੈ ਇਹ ਚੀਜ਼। ਟਰਾਈ ਕਰਨ ਦੇ ਚੱਕਰ ਦੇ ਵਿੱਚ ਉਹਨਾਂ ਦੀ ਸੈਲਫ ਐਸਟੀਮ 'ਤੇ ਇੰਪੈਕਟ ਪੈਂਦਾ ਹੈ, ਅਤੇ ਉਹਨਾਂ ਨੂੰ ਲੱਗਦਾ ਕਿ ਜੋ ਟੀਵੀ ਦੇ ਵਿੱਚ ਵਿਖ ਰਿਹਾ ਹੈ, ਜੋ ਸੀਰੀਅਲਸ ਦੇ ਵਿੱਚ ਵਿਖ ਰਿਹਾ ਹੈ, ਜਾਂ ਜੋ ਫੋਨ ਦੇ ਵਿੱਚ ਵਿਖ ਰਿਹਾ ਹੈ, ਮੇ ਬੀ ਦੈਟ ਇਜ਼ ਦ ਰਿਐਲਿਟੀ। ਪੇਰੈਂਟਿੰਗ ਦੀ ਤੁਸੀਂ ਗੱਲ ਕੀਤੀ ਹੈ, ਅਕਸਰ ਜਿਹੜੇ ਬੱਚੇ 7 ਤੋਂ ਲੈ ਕੇ 16 ਸਾਲ ਦੇ, ਕਿਉਂਕਿ ਅਡੋਲੋਸੈਂਸ ਏਜ ਵੀ ਇਸੇ ਏਜ ਗਰੁੱਪ 'ਚ ਆਉਂਦੀ ਹੈ, ਅਕਸਰ ਉਹਨਾਂ ਦੇ ਵਿੱਚ ਬਾਡੀ ਨੂੰ ਲੈ ਕੇ ਕਈ ਚੇਂਜਿਸ ਆਉਂਦੇ ਨੇ, ਕਈ ਉਹਨਾਂ ਦੀ ਮਾਇੰਡ ਦੀ ਸਾਈਕੀ ਬਦਲਦੀ ਹੈ, ਕਿਉਂਕਿ ਇੱਕ ਸਕੈਟਰਿਸਟ ਉਸ ਚੀਜ਼ ਨੂੰ ਸਮਝ ਪਾਉਂਦਾ। ਔਰ ਘਰ ਵਿੱਚ ਅੱਜ ਕੱਲ੍ਹ ਦੇ ਪਿੰਡਾਂ ਦੇ ਮਾਹੌਲ ਦੀ ਗੱਲ ਕਰ ਲਈਏ, ਚਾਹੇ ਸ਼ਹਿਰਾਂ ਦੇ ਵਿੱਚ ਵੀ ਗੱਲ ਕਰ ਲਈਏ, ਤਾਂ ਬੱਚੇ ਉਹਨਾਂ ਚੀਜ਼ਾਂ ਨੂੰ ਜਾਂ ਆਪਣੇ ਨਾਲ ਕੋਈ ਗਲਤੀ ਵੀ ਹੋ ਗਈ ਹੈ ਤਾਂ ਉਸਨੂੰ ਆਪਣੇ ਪੇਰੈਂਟਸ ਨਾਲ ਸ਼ੇਅਰ ਨਹੀਂ ਕਰ ਪਾਉਂਦੇ। ਇਹ ਤਾਂ ਮੇਰੀ ਹਮੇਸ਼ਾ ਪੇਰੈਂਟਸ ਨੂੰ ਵੀ ਰਿਕੁਐਸਟ ਰਹਿੰਦੀ ਹੈ ਕਿ ਬੱਚੇ ਨੂੰ ਝਿੜਕਣਾ, ਸਹੀ ਰਾਹ ਦਿਖਾਉਣਾ ਜ਼ਰੂਰੀ ਹੈ, ਬਟ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਬੱਚੇ ਨੂੰ ਇਹ ਸਮਝਾਉਣਾ ਕਿ ਜੇ ਤੁਸੀਂ ਕਦੀ ਗਲਤੀ ਕਰੋ ਤੁਸੀਂ ਸਾਡੇ ਕੋਲ ਆ ਸਕਦੇ ਹੋ। ਬੱਚਾ ਉਹ ਇੱਕ ਮੈਂਟਰਸ਼ਿਪ, ਇੱਕ ਐਲਡਰ ਲੱਭਦੇ ਇੰਨੀ ਏਜ ਹੋ ਜਾਂਦੀ ਹੈ ਅਤੇ ਇੰਨੀਆਂ ਗਲਤੀਆਂ ਹੋ ਜਾਂਦੀਆਂ ਕਿ ਉਹ ਉਸ ਟਾਈਮ ਤੱਕ ਆਲਰੇਡੀ ਡਿਪਰੈਸ਼ਨ, ਸਟ੍ਰੈਸ, ਐਂਗਜ਼ਾਇਟੀ ਦਾ ਸ਼ਿਕਾਰ ਹੋ ਚੁੱਕਿਆ ਹੁੰਦਾ ਹੈ। ਇਹੋ ਹੀ ਜੇ ਪੇਰੈਂਟ ਚਾਈਲਡ ਰਿਲੇਸ਼ਨਸ਼ਿਪ ਇੰਨਾ ਹੈਲਦੀ ਹੋਏ ਕਿ ਬੱਚਾ ਆ ਕੇ ਪੇਰੈਂਟ ਨੂੰ ਦੱਸ ਸਕੇ, ਠੀਕ ਹੈ ਸਾਰਿਆਂ ਨੂੰ ਡਾਂਟ ਪੈਂਦੀ ਹੈ, ਪਰ ਇੰਨੀ ਫਰੈਂਡਸ਼ਿਪ ਪੇਰੈਂਟ ਅਤੇ ਚਾਈਲਡ ਦੇ ਵਿੱਚ ਵੀ ਹੋਣੀ ਚਾਹੀਦੀ ਹੈ, ਇੰਨੀ ਸਮਝ ਹੋਣੀ ਚਾਹੀਦੀ ਹੈ ਕਿ ਰਾਈਟ ਤਰੀਕੇ ਨਾਲ ਬੱਚੇ ਦਾ ਹੱਥ ਫੜ ਕੇ ਉਹਨੂੰ ਸਹੀ ਡਿਰੈਕਸ਼ਨ ਦੇ ਵਿੱਚ ਕਿੱਦਾਂ ਗਾਈਡ ਕਰਨਾ ਹੈ। ਕਿਤੇ ਅੱਜ ਵੀ ਸਮੇਂ ਦੇ ਵਿੱਚ ਬੱਚੇ ਜਾਂ ਕਹਿ ਸਕਦੇ ਸਿਆਣੇ ਵੀ ਅਕਸਰ ਇਹ ਕਹਿੰਦੇ ਵਿਖਾਈ ਦਿੰਦੇ ਕਿ ਸਾਨੂੰ ਇਕੱਲਾਪਣ ਬਹੁਤ ਮਹਿਸੂਸ ਹੁੰਦਾ, ਔਰ ਉਹ ਕਾਰਨ ਕੀ ਹੈ? ਕਿਉਂਕਿ ਉਸ ਪੰਨੇ ਨੂੰ ਅਸੀਂ ਦਿਮਾਗ ਦੇ ਵਿੱਚ ਖੁਦ ਹੀ ਲਿਖਦੇ ਹਾਂ, ਔਰ ਉਸਦਾ ਜੋ ਅਸਰ ਹੈ ਜਦ ਸਾਨੂੰ ਪਤਾ ਲੱਗਦਾ ਕਿ ਇਹ ਤਾਂ ਹੁਣ ਮਾੜਾ ਪ੍ਰਭਾਵ ਪਾ ਰਿਹਾ, ਜਦ ਸਾਡੀ ਉਸ ਸੁਪਨਿਆਂ ਦੀ ਨੀਂਦ ਤੋਂ ਜਾਗ ਖੁੱਲ੍ਹਦੀ ਹੈ, ਉਦੋਂ ਸਮਾਂ ਵੀ ਬਹੁਤ ਲੰਘ ਚੁੱਕਿਆ ਹੁੰਦਾ, ਉਦੋਂ ਦੇਰ ਵੀ ਬਹੁਤ ਹੋ ਚੁੱਕੀ ਹੁੰਦੀ ਹੈ। ਪਰ ਜੇ ਇਸ ਨਬਜ਼ ਨੂੰ ਸਮੇਂ ਸਿਰ ਹੀ ਫੜ ਲਿਆ ਜਾਵੇ, ਜੇ ਬੱਚੇ ਉਹ ਆਪਣੇ ਪੱਧਰ 'ਤੇ ਔਰ ਉੱਤੇ ਹੀ ਮਾਪੇ ਆਪਣੇ ਪੱਧਰ 'ਤੇ ਬੱਚਿਆਂ ਦੇ ਨਾਲ ਸਮਾਂ ਬਿਤਾਉਣ, ਔਰ ਇਹ ਚਾਹੇ ਕਹਿ ਸਕਦੇ ਹਾਂ ਕਿ ਅੱਜ ਤਕਨੀਕ ਦਾ ਯੁੱਗ ਹੈ, ਤਕਨੀਕ ਦੇ ਵਿੱਚ ਹਰ ਕੋਈ ਰੁੱਝਿਆ ਹੋਇਆ, ਪਰ ਇਸ ਸਭ ਤੋਂ ਸਮਾਂ ਕੱਢ ਕੇ ਜੇ ਅਸੀਂ ਆਪਣੇ ਪਰਿਵਾਰ ਨੂੰ ਸਮਾਂ ਦਈਏ, ਉਹਨਾਂ ਚੀਜ਼ਾਂ ਨੂੰ ਜ਼ੋਰ ਪਾਈਏ ਜਿਸ ਨਾਲ ਕਿ ਅਸੀਂ ਕਹਿ ਸਕਦੇ ਹਾਂ ਕਿ ਸਟ੍ਰੈਸ ਅਤੇ ਐਂਗਜ਼ਾਇਟੀ ਵਕਤ ਦੇ ਸ਼ਬਦਾਂ ਨੂੰ ਅਸੀਂ ਆਪਣੀ ਜ਼ਿੰਦਗੀ ਤੋਂ ਮਿਟਾ ਸਕਦੇ ਹਾਂ। ਅੰਮ੍ਰਿਤਸਰ ਤੋਂ ਨਿਤਿਸ਼ ਸੱਭਰਵਾਲ, ਨਿਊਜ਼ 18 ਪੰਜਾਬ।